नमस्कार, जीएच न्यूज इंडिया में आपका स्वागत है। आज जहां देश बिजली संकट से जूझ रहा है, वही पंजाब के हालात बिजली संकट से नाजुक बने हुए हैं। ऐसे में पंजाब के छोटे कारोबारियों को अब डर सताने लगा है कि बिजली अगर पूरी ना मिले तो कामकाज का तो ठप हो गया है, जिससे उनके कामकाज को खासा असर पड़ सकता है तो बंद भी हो सकता है। आज हमारी टीम के साथ गुरदासपुर के छोटे कारोबारियों ने बात की और बताया पंजाब भर में लग रहे पावर कट की वजह से कैसे हालात बन गए हैं और कामकाज बंद होने की कगार पर है। यह भी बताया कि बिजली विभाग के अधिकारी 12 घंटे का पावर पर बोलकर देर रात बोलते हैं कि आप कम बिजली में अपना काम चलाएं। वहीं आंसू कुमार ने बताया कि गुरदासपुर में उनका कोहलू है, जहां इस समय बिजली संकट से व्यापार पर असर पड़ रहा है। वहीं पंजाब सरकार 12 घंटे की पावर कट लगाकर इस समस्या को बढ़ा रही है। यह भी कहा कि बिना बिजली के उत्पाद नहीं हो पाएगा और जनरेटर लगाकर दूध और कोई कर भी नहीं सकता। हालांकि केंद्र सरकार और पंजाब सरकार इस समस्या को हल करने में लगी है, पर पंजाब सरकार बाहर से महंगी बिजली लाकर गुजारा करवा रही है। आने वाले समय में किसानों को भी इस समस्या का सामना करना पड़ेगा, क्योंकि खेती की फसलों को पानी की जरूरत होती है। अगर बिजली ना होगी किल्लत और बढ़ जाएगी। गुरदासपुर से जगजीत सिंह की रिपोर्ट। ਮੈਂ ਇਲੈਕਟ੍ਰੋਨਿਕਸ ਰਿਪੇਅਰਿੰਗ ਸਰਵਿਸਿਜ਼ ਦਾ ਹੈ। ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਸਾਰਾ ਕੰਮ ਇਲੈਕਟ੍ਰੀਸਿਟੀ 'ਤੇ ਡਿਪੈਂਡ ਕਰਦਾ। ਅਗਰ ਇਲੈਕਟ੍ਰੀਸਿਟੀ ਨਹੀਂ ਹੋਏਗੀ ਤਾਂ ਅਸੀਂ ਕੁਛ ਵੀ ਕਰ ਨਹੀਂ ਸਕਦੇ ਹੈਗੇ। ਇਹ ਕਿੰਨੀ ਗਰਮੀ ਹੈ ਅਤੇ ਇੱਥੇ ਬੈਠੇ ਹੋਏ ਹਾਂ, ਆਪਾਂ ਆਪਣੀ ਸ਼ੋਪ ਕਲੋਜ਼ ਕਰਕੇ ਵੀ ਨਹੀਂ ਜਾ ਸਕਦੇ। ਕਾਰਜਕਾਰੀ ਦੇਖੋ, ਇਲੈਕਟ੍ਰੀਸਿਟੀ ਪ੍ਰੋਵਾਈਡਿੰਗ ਦਾ ਜਿਹੜਾ ਕੰਮ ਆ ਉਹ ਸਾਡਾ ਆਲਰੇਡੀ ਸਿਸਟਮ ਜੋ ਇੰਸਟਾਲਡ ਹੈ, ਜਿੱਥੇ ਇਲੈਕਟ੍ਰੀਸਿਟੀ ਡਿਵੈਲਪ ਹੁੰਦੀ ਹੈ ਉਹਨਾਂ ਦੇ ਕੰਮ। ਜਿਹੜੀ ਪ੍ਰੀਵੀਅਸ ਜਿਹੜੀਆਂ ਸਰਕਾਰਾਂ ਨੇ ਉਹਨਾਂ ਨੇ ਜੋ ਇੰਸਟਾਲ ਕੀਤਾ ਉਹ ਹੀ ਉਹਦਾ ਨਤੀਜਾ ਭੁਗਤ ਰਹੇ ਹਾਂ ਅਸੀਂ। ਅਸੀਂ ਆਮ ਆਦਮੀ ਪਾਰਟੀ ਨੂੰ ਇਹੀ ਦਰਖਾਸਤ ਕਰਨਾ ਚਾਹੁੰਦੇ ਹਾਂ ਕਿ ਕੋਈ ਇੱਦਾਂ ਦਾ ਸਿਸਟਮ ਕਰ ਦਿੱਤਾ ਜਾਵੇ ਕਿ ਸਾਡੇ ਵਰਕਿੰਗ ਆਵਰ ਦੇ ਵਿੱਚ ਇਲੈਕਟ੍ਰੀਸਿਟੀ ਨਾ ਜਾਵੇ। ਜਿਵੇਂ ਕਿ 9 ਵਜੇ ਤੋਂ ਲੈ ਕੇ 3-4 ਵਜੇ ਤੱਕ ਕਸਟਮਰ ਦਾ ਕੰਮ ਹੁੰਦਾ, ਉੱਥੇ ਇਲੈਕਟ੍ਰੀਸਿਟੀ ਨਾ ਜਾਵੇ। ਕੰਮ ਤਾਂ ਇੱਕਦਮ ਸਟੋਪ ਹੀ ਹੈ, ਇਲੈਕਟ੍ਰੀਸਿਟੀ ਨਹੀਂ ਹੈ ਅਤੇ ਸਾਡੇ ਸੋਲਡਰਿੰਗ ਆਇਰਨ ਤੱਕ ਗਰਮ ਨਹੀਂ ਹੋ ਰਹੇ, ਜਿਨ੍ਹਾਂ ਨਾਲ ਅਸੀਂ ਕੰਮ ਕਰਨਾ। ਸਾਡੇ ਟੂਲਸ ਜਿਹੜੇ ਉਹ ਵਰਕਿੰਗ 'ਚ ਨਹੀਂ ਆ। ਇੰਨੀ ਗਰਮੀ 'ਚ ਕੋਈ ਕਸਟਮਰ ਵੀ ਨਹੀਂ ਆਉਂਦਾ ਅਗਰ ਇਲੈਕਟ੍ਰੀਸਿਟੀ ਨਹੀਂ ਹੈ ਤਾਂ। ਦਿੱਕਤ ਤਾਂ ਹੈ ਜੀ, ਕਾਫੀ ਦਿੱਕਤ ਆ ਅਤੇ ਪਰੇਸ਼ਾਨੀਆਂ ਸਵੇਰ ਤੋਂ ਆ ਜਾਂਦੇ ਹਾਂ ਦੁਕਾਨ 'ਤੇ ਅਤੇ ਖਾਲੀ ਹੱਥ ਚੱਲ ਜਾਂਦੇ ਹਾਂ। ਕਾਰਗੁਜ਼ਾਰੀ ਬਹੁਤ ਅੱਛੀ ਹੈ ਜੀ। ਭਗਵੰਤ ਮਾਨ ਦਾ ਹਨੀਮਾਨ ਫੂਡ ਆ, ਫੀਡ ਹੈਗਾ ਉਹਦਾ, ਅਤੇ ਅਸੀਂ ਕੋਈ ਬਲੇਮ ਨਹੀਂ ਲਾਂਗਾਂਦੇ ਉੱਤੇ। ਬੱਤੀ ਦੇ ਮਾਮਲੇ ਲੱਗਦਾ ਕਿ ਦਿਨਾਂ ਕਿਤੇ ਕਮਜ਼ੋਰ? ਬਿਲਕੁਲ ਸਕਸੈਸ ਹੋਣਗੇ, ਕੋਈ ਗੱਲ ਨਹੀਂ। ਪਹਿਲਾ ਸਾਲ ਆ, ਅਗਲੇ ਸਾਲ ਉਹਦੀ ਪ੍ਰੋਗਰੈਸ ਦੇਖਾਂਗੇ। 4 ਸਾਲ ਬਾਕੀ ਨਾ, ਪੂਰੇ 5 ਸਾਲ ਹੀ ਆ ਕੋਈ ਗੱਲ। ਹਾਂ, ਇਹ ਤਾਂ ਕਾਂਗਰਸਾਂ ਦੇ ਕੀਤੇ ਜਿਹੜੇ ਅੱਗੇ ਸਾਡੇ ਸਾਹਮਣੇ ਆਣ ਡਏ ਆ। ਬਾਦਲ ਦੇ ਵੇਲੇ ਸਰਪਲਸ ਹੋਈ ਲਾਈਟ, ਪਰ ਕਾਂਗਰਸ ਦੇ ਵੇਲੇ ਤਾਂ ਹੁਣ ਆ ਨਹੀਂ ਰਹੀ ਜੀ। ਅੱਛਾ, ਸਵੇਰ ਤੋਂ ਦੇਖ ਲਓ ਤੁਸੀਂ ਇੱਥੇ ਬੈਠੇ ਦੇ ਇੱਦਾਂ ਹੀ। ਸਰਕਾਰ ਨੂੰ ਚਾਹੀਦਾ ਕਿ ਰੇਟ ਘਟਾ ਦੇਣ ਬਿਜਲੀ ਫ੍ਰੀ ਕਰਨ ਨਾਲੋਂ, ਅਤੇ 24 ਘੰਟੇ ਬਿਜਲੀ ਦੀ ਸਪਲਾਈ ਹੋਣੀ ਚਾਹੀਦੀ ਹੈ। ਉਹਨਾਂ ਕਾਰੋਬਾਰ 'ਤੇ ਵੀ ਬਹੁਤ ਜ਼ਿਆਦਾ ਅਸਰ ਪੈਂਦਾ। ਇਨਵੇਟਰ 'ਤੇ ਕੰਮ ਕੀਤਾ ਜਾ ਰਿਹਾ? ਇਨਵਰਟਰ 'ਤੇ ਹੋ ਰਿਹਾ। ਇਨਵਰਟਰ ਵੀ ਕਿਤੇ ਲਾਈਟ ਆਏਗੀ ਤਾਂ ਚਾਰਜ ਹੋਣਗੇ ਇਨਵਰਟਰ ਵੀ ਜਿਹੜੇ ਆ। ਨਹੀਂ ਚਲੋ, ਉਹ ਤਾਂ ਹੈ, ਗੌਰਮੈਂਟ ਨੂੰ ਥੋੜ੍ਹਾ ਟਾਈਮ ਦੇਣਾ ਚਾਹੀਦਾ ਵਾ, ਉਹਨਾਂ ਨੂੰ ਸਮਝਦੇ ਵੀ ਜਿਹੜਾ ਵਾ ਟਾਈਮ ਲੱਗਣਾ ਗੌਰਮੈਂਟ ਨੂੰ ਵੀ। ਪਰ ਜਿਹੜਾ ਫ੍ਰੀ ਵਾਲਾ ਵਾ ਉਹ ਕੰਮ ਗਲਤ ਆ, ਉਹਦੇ ਨਾਲ ਸਾਰਿਆਂ ਨੂੰ ਇੱਕੋ ਜਿਹਾ ਰੇਟ ਰੱਖੋ। ਦੇਖੋ ਜੀ, ਜਿੱਦਾਂ ਪਿੱਛੋਂ ਸੈਂਟਰ ਦਾ ਉਸ ਹਿਸਾਬ ਨਾਲ ਹੀ ਹੈ ਜੋ ਆ, ਉਹਦੇ ਵਿੱਚ ਅਸੀਂ ਕੀ ਕਹਿ ਸਕਦੇ। ਪਰੇਸ਼ਾਨੀ ਤੁਹਾਡੇ ਸਾਹਮਣੇ ਹੀ ਹੈ ਜੀ ਸਾਰਿਆਂ ਨੂੰ। ਇੰਨੀ ਗਰਮੀ ਪੈਂਦੀ ਹੈ, ਕਸਟਮਰ ਕਿੱਥੇ ਖਲੋਂਦਾ?